ਇੱਕ ਕੁੜੀ ਅਤੇ ਮੁੰਡੇ ਨੂੰ ਹੋਟਲ ਦੇ ਵਿੱਚ ਫੜਿਆ ਗਿਆ, ਇਸ ਕਰਕੇ ਇਹ ਸਾਰਾ ਹੰਗਾਮਾ ਹੋ ਰਿਹਾ ਹੈ। ਦਰਅਸਲ ਜਿਸ ਹੋਟਲ ਦੇ ਵਿੱਚ ਮੁੰਡਾ ਕੁੜੀ ਗਏ ਸਨ ਉੱਥੇ ਹੀ ਹੇਠਾਂ ਇੱਕ ਔਰਤ ਬੈਠੀ ਸੀ ਅਤੇ ਉਸ ਨੇ ਇਹਨਾਂ ਦੋਵੇਂ ਮੁੰਡਾ ਅਤੇ ਕੁੜੀ ਨੂੰ ਹੋਟਲ ਦੇ ਵਿੱਚ ਜਾਂਦੇ ਦੇਖ ਲਿਆ, ਜਿਸ ਤੋਂ ਬਾਅਦ ਉਹ ਵੀ ਹੋਟਲ ਦੇ ਵਿੱਚ ਪਹੁੰਚ ਗਈ ਅਤੇ ਉਸ ਦਾ ਕਹਿਣਾ ਸੀ ਕਿ ਦੋਵੇਂ ਯੂਨੀਫਾਰਮ 'ਚ ਸੀਗੇ, ਜਾਣੀ ਕਿ ਸਕੂਲ ਦੀ ਵਰਦੀ 'ਚ ਸੀ ਅਤੇ ਦੋਵਾਂ ਦੀ ਉਮਰ ਵੀ 17-18 ਸਾਲ ਦੀ ਸੀ ਅਤੇ ਮੁੰਡਾ ਅਤੇ ਕੁੜੀ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਤਾਂ ਭੈਣ ਭਰਾ ਨੇ। ਲੜਕੀ ਕਹਿੰਦੀ ਕਿ ਮੇਰਾ ਭਰਾ ਏ ਅਤੇ ਲੜਕਾ ਕਹਿੰਦਾ ਕਿ ਇਹ ਤਾਂ ਮੇਰੀ ਭੈਣ ਹੈ। ਹਾਲਾਂਕਿ ਜਦੋਂ ਪੁੱਛਿਆ ਗਿਆ ਕਿ ਫਿਰ ਤੁਸੀਂ ਹੋਟਲ 'ਚ ਕੀ ਕਰਨਾ ਹੋ ਤਾਂ ਦੋਵਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਤਾਂ ਫਾਜ਼ਿਲਕਾ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮੁੰਡਾ ਕੁੜੀ ਨੂੰ ਹੋਟਲ ਦੇ ਵਿੱਚ ਇੱਕ ਔਰਤ ਦੇ ਵੱਲੋਂ ਫੜਿਆ ਗਿਆ। ਦੱਸਦੀ ਹੈ ਕਿ ਇਹ ਔਰਤ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਆਗੂ ਆਸ਼ਾ ਸ਼ਰਮਾ ਹੈ, ਜਿਸ ਨੇ ਦੋਵਾਂ ਨੂੰ ਕਾਬੂ ਕੀਤਾ। ਹਾਲਾਂਕਿ ਜਦੋਂ ਹੰਗਾਮਾ ਹੋ ਗਿਆ ਤੇ ਲੜਕਾ ਲੜਕੀ ਨੂੰ ਸਮਝਾ ਬੁਝਾ ਕੇ ਉੱਥੋਂ ਭੇਜ ਦਿੱਤਾ ਗਿਆ, ਪਰ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਉਪ ਪ੍ਰਧਾਨ ਆਸ਼ਾ ਸ਼ਰਮਾ ਨੇ ਚਿੰਤਾ ਜ਼ਾਹਿਰ ਕੀਤੀ ਹੈ। ਕੁਝ ਬੱਚੇ ਗਲਤ ਰਾਹ ਤੇ ਪੈ ਕੇ ਅਜਿਹੀਆਂ ਹਰਕਤਾਂ ਕਰ ਰਹੇ ਨੇ, ਇਸ ਕਰਕੇ ਮਾਪਿਆਂ ਨੂੰ ਵੀ ਆਪਣੇ ਜਵਾਨ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਉਸ ਦਾ ਕਹਿਣਾ ਸੀ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਸਕੂਲ ਦੀ ਵਰਦੀ ਦੇ ਵਿੱਚ ਹੀ ਇਸ ਹੋਟਲ 'ਚ ਆਉਂਦੇ ਨੇ ਅਤੇ ਉਹ ਪਹਿਲਾਂ ਤੋਂ ਇਹਨਾਂ ਨੂੰ ਦੇਖਦੀ ਆ ਰਹੀ ਹੈ, ਪਰ ਅੱਜ ਉਸ ਤੋਂ ਆਪਣੇ ਆਪ ਨੂੰ ਰੋਕਿਆ ਨਾ ਗਿਆ ਅਤੇ ਜਦੋਂ ਇਹ ਮੁੰਡਾ ਕੁੜੀ ਹੋਟਲ ਦੇ ਵਿੱਚ ਵੜੇ ਤਾਂ ਉਹ ਵੀ ਪਿੱਛੇ ਪਿੱਛੇ ਹੋਟਲ ਦੇ ਵਿੱਚ ਹੀ ਚਲੇ ਗਈ ਅਤੇ ਉਸਨੇ ਲੜਕਾ ਲੜਕੀ ਨੂੰ ਹੋਟਲ ਦੇ ਕਮਰੇ ਦੇ ਵਿੱਚੋਂ ਬਾਹਰ ਕੱਢ ਲਿਆ, ਜਿਸ ਦੌਰਾਨ ਖੂਬ ਹੰਗਾਮਾ ਵੀ ਹੋਇਆ ਅਤੇ ਲੋਕ ਵੀ ਇਕੱਠੇ ਹੋ ਗਏ। ਹਾਲਾਂਕਿ ਲੜਕਾ ਅਤੇ ਲੜਕੀ ਨੂੰ ਬਾਅਦ ਦੇ ਵਿੱਚ ਭੇਜ ਦਿੱਤਾ ਗਿਆ ਹੈ, ਪਰ ਵਾਕਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਸਕੂਲ ਜਾਣ ਵਾਲੇ ਮੁੰਡੇ ਕੁੜੀਆਂ ਵੀ ਹੁਣ ਇਸ ਰਾਹ 'ਤੇ ਪਏ ਹੋਏ ਨੇ। ਮੈਂ ਜੀ ਸਵੇਰੇ ਰੋਜ਼ ਇੱਥੇ ਆਪਣੇ ਥੜੇ 'ਤੇ ਬੈਠਦੀ ਹਾਂ, ਐਕਸਰਸਾਈਜ਼ ਵਗੈਰਾ ਕਰਨੀ ਹੁੰਦੀ ਅਤੇ ਮੇਰਾ ਤਕਰੀਬਨ ਰੋਜ਼ ਦਾ ਹੀ ਕੰਮ ਹੈ। ਅਸੀਂ ਸਕੂਲ ਦੇ ਬੱਚੇ ਯੂਨੀਫਾਰਮ ਪਾਈ ਤਕਰੀਬਨ ਵਰਦੀਆਂ ਪਾਈਆਂ ਹੁੰਦੀਆਂ ਨੇ, ਅੰਦਰ ਹੋਟਲ 'ਚ ਵੜਦੇ ਨੇ। ਅੱਜ ਵੀ ਮੈਂ ਦੇਖਿਆ ਮੇਰੇ ਸਾਹਮਣੇ ਕੁੜੀ 17-18 ਸਾਲ ਦੀ ਕੁੜੀ ਸੀ, 17-18 ਦਾ ਵੀ ਨਹੀਂ ਹੋਣੀ, ਬਸ ਇਹ 15-16 ਸਾਲ ਦੀ ਕੁੜੀ, ਉਹ ਇੱਕ ਲੜਕੇ ਦੇ ਨਾਲ ਸਿੱਧਾ ਅੰਦਰ ਬੱਚਾ, ਔਰ ਮੈਨੂੰ ਦੇਖ ਕੇ ਬੜਾ ਕੁਛ ਹੋਇਆ ਵੀ ਇੰਨੇ ਛੋਟੇ ਬੱਚੇ ਜਿਨ੍ਹਾਂ ਦੇ ਮਾਂ ਪਿਓ ਵਿਸ਼ਵਾਸ ਕਰਕੇ ਸਕੂਲ ਭੇਜਦੇ ਨੇ ਔਰ ਇੰਨਾ ਪੈਸਾ ਖਰੀਦਦੇ ਨੇ ਔਰ ਮਿਸਗਾਈਡ ਹੋ ਕੇ ਹੋਟਲਾਂ ਦੇ ਵਿੱਚ ਸ਼ਿਫਟ ਕਰਦੇ ਨੇ, ਔਰ ਮੈਂ ਉਸੇ ਵੇਲੇ ਹੋਟਲ ਦੇ ਵਿੱਚ ਅੰਦਰ ਜਾ ਕੇ ਪਿੱਛੇ ਚੱਲੀ ਔਰ ਮੈਨੂੰ ਦੇਖ ਕੇ ਕਾਫੀ ਜਣੇ ਇਕੱਠੇ ਹੋ ਗਏ। ਜਦੋਂ ਕੁੜੀ ਨੂੰ ਅੰਦਰੋਂ ਬਾਹਰ ਬੁਲਾਇਆ, ਉਹ ਲੜਕੇ ਨੂੰ ਵੀ ਬੁਲਾਇਆ, ਉਹ ਲੜਕਾ ਕਹਿੰਦਾ ਕਿ ਮੇਰੀ ਸਿਸਟਰ ਹੈ, ਉਹ ਕੁੜੀ ਵੀ ਕਹਿੰਦੀ ਕਿ ਮੇਰਾ ਬ੍ਰਦਰ ਹੈ, ਔਰ ਮੈਂ ਉਹਨਾਂ ਨੂੰ ਕਿਹਾ ਜੀ ਸਿਸਟਰ ਬ੍ਰਦਰ ਹੈਗਾ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰਾਓ, ਪਰ ਉਹਨਾਂ ਨੇ ਬਿਲਕੁਲ ਆਪਣੇ ਪੇਰੈਂਟਸ ਨਾਲ ਗੱਲ ਨਹੀਂ ਕਰਾਈ ਔਰ ਮੈਂ ਪੇਰੈਂਟਸ ਨੂੰ ਵੀ ਔਰ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੀ ਹਾਂ ਕਿ ਆਪਣੇ ਕੁੜੀਆਂ ਦਾ, ਜਵਾਨ ਕੁੜੀਆਂ ਦਾ ਧਿਆਨ ਰੱਖੋ, ਤਾਂ ਕਿ ਕੁਛ ਲੋਕ ਮੁੰਡੇ ਨੇ ਜਿਹੜੇ ਮਿਸਗਾਈਡ ਕਰਕੇ ਉਹਨਾਂ ਨੂੰ ਗਲਤ ਫਾਇਦਾ ਉਠਾਉਂਦੇ ਨੇ। ਇਸ ਵਾਰ ਮੇਰੀ ਹੱਥ ਬਣ ਕੇ ਪੇਰੈਂਟਸ ਨੂੰ ਅਪੀਲ ਹੈ ਕਿ ਆਪਣੀਆਂ ਕੁੜੀਆਂ ਦਾ ਮਾਲਕ ਵੀ ਆਪਣੇ ਦਿੱਲੀ ਦੇ ਯੂਨੀਵਰਸਿਟੀ ਨੇ, ਉਹ ਵੀ ਆਏ ਸੀਗੇ, ਉਹਨਾਂ ਨੂੰ ਵੀ ਕਿਹਾ, ਪਰ ਇੱਥੇ ਰੋਜ਼ ਦਾ ਕੰਮ ਹੈ, ਰੋਜ਼ ਦਾ। ਪਰ ਮੈਨੂੰ ਇਹ ਹੈ ਵੀ ਕੰਮ 'ਚ ਕੰਮ ਜਿਹੜੇ ਸਕੂਲ ਸਟੂਡੈਂਟਸ ਨੇ, ਵੈਸੇ ਤਾਂ ਹੋਟਲ 'ਚ ਕੰਮ ਹੋਣਾ ਹੀ ਨਹੀਂ ਚਾਹੀਦਾ, ਪਰ ਇੱਕ ਛੋਟੀਆਂ ਛੋਟੀਆਂ ਬੱਚੀਆਂ ਜਿਹੜੀਆਂ ਸਕੂਲਾਂ ਦੀਆਂ 15-16 ਸਾਲ ਦੀਆਂ ਬੈਗ ਚੱਕੇ ਹੋਏ ਸਕੂਲ ਦੀ ਬੰਦ ਦੀ ਬਜਾਏ ਸਿੱਧਾ ਹੋਟਲ ਦੇ ਵਿੱਚ ਆਉਂਦੀਆਂ ਨੇ, ਦਿਸ ਇਜ਼ ਵੈਰੀ ਰੋਂਗ, ਗਲਤ ਗੱਲ ਹੈ। ਔਰ ਪੁਲਿਸ ਨੂੰ ਵੀ ਮੇਰਾ ਹੈ, ਪਹਿਲੀ ਵਾਰ
ਮੈਂ ਦੇਖਦੀ ਜ਼ਰੂਰ ਹਾਂ, ਮੈਂ ਰੋਜ਼ ਹੀ ਦੇਖਦੇ ਹਾਂ, ਪਰ ਅੱਜ ਮੈਂ ਹਿੰਮਤ ਕਰਕੇ ਮੈਂ ਕਿਹਾ ਮੈਂ ਅੱਜ ਨਹੀਂ ਬਖਸ਼ਣਾ, ਕਿਉਂਕਿ ਪੂਰੀ ਨੂੰ ਵੇਖ ਕੇ ਮੈਨੂੰ ਬੜਾ ਖੁਸ਼ ਹੋਇਆ ਵੀ ਇੰਨੀਆਂ ਛੋਟੇ ਬੱਚੇ ਨੇ ਜਿਹੜੇ ਪੇਰੈਂਟਸ ਇੱਥੇ ਇੰਨਾ ਯਕੀਨ ਕਰਕੇ ਬੱਚਿਆਂ ਨੂੰ ਕੁੜੀਆਂ ਨੂੰ ਭੇਜਦੇ ਨੇ, 4-4 ਹਜ਼ਾਰ ਰੁਪਇਆ ਫੀਸ ਹੈ ਸਕੂਲਾਂ ਦੀ, ਉਸ ਤੋਂ ਬਾਅਦ ਟਿਊਸ਼ਨਾਂ 'ਤੇ ਖਰਚ ਕਰਦੇ ਨੇ, ਉਹ ਮਾਂ ਬਾਪ ਨੂੰ ਧੋਖਾ ਦੇ ਕੇ ਹੋਟਲਾਂ 'ਚ ਫਿਰਦੇ ਨੇ, ਬੜੇ ਅਫਸੋਸ ਹੋਇਆ ਮੈਨੂੰ ਤੇ। ਅਤੇ ਸਕੂਲ ਦੀ ਡਰੈਸ ਪਾਈ ਹੋਈ ਸੀ, ਸੈਕਿੰਡ ਹਾਰਟ ਦੀ ਡਰੈਸ ਸੀ ਉਹਦੀ, ਕੁੜੀ ਦੀ ਐਕਟੀਵਾ 'ਤੇ ਸੀਗੀ, ਮੁੰਡਾ ਵੀ ਆਇਆ, ਮੈਂ ਇੱਕ ਦਾ ਥੱਪੜ ਵੀ ਲਗਾਇਆ ਕੁੜੀ ਨੂੰ ਵੀ ਤੂੰ ਕਿਉਂ ਗਲਤ ਗੱਲ ਹੈ ਅਜੇ ਮਨ ਉਹਨੂੰ ਸਮਝਾਉਣ ਵਾਸਤੇ, ਮੈਂ ਕਿਹਾ ਨਹੀਂ ਬੇਟਾ ਤੇਰੇ ਵਾਸਤੇ ਗਲਤ ਗੱਲ ਹੈ, ਜੇ ਤੂੰ ਮੁੰਡੇ ਦੇ ਮਗਰ ਲੱਗ ਕੇ ਮਿਸਗਾਈਡ ਹੋ ਕੇ ਹੋਟਲਾਂ 'ਚ ਫਿਰਦੇ ਹੋ, ਮਾਂ ਬਾਪ ਨੂੰ ਵਿਸ਼ਵਾਸ ਤੋਂ ਧੋਖਾ ਦਿੰਦੇ ਹੋ, ਜੇ ਤੁਹਾਡੇ ਵਾਸਤੇ ਗਲਤ ਗੱਲ ਇਹ ਹੀ ਕਰਨੇ ਆ ਜੀ, ਇਹ ਗੱਲ ਹੋਣੀ ਨਹੀਂ ਚਾਹੀਦੀ ਸ਼ਹਿਰ ਦੇ ਹੋਟਲਾਂ ਦੇ ਵਿੱਚ, ਨਹੀਂ ਸਾਡੀ ਸਰਕਾਰ ਹੈ। ਫਿਰ ਵੀ ਮੈਂ MLA ਸਾਹਿਬ ਨੂੰ ਵੀ ਇਹ ਕਹਿ ਰਹੀ ਹਾਂ, ਮੈਸੇਜ ਕਹਿ ਰਹੀ ਹਾਂ, ਮੈਂ ਫੋਨ ਇੱਕ ਦੋ ਕੀਤੇ ਨੇ ਪਰ ਫੋਨ ਅੱਗੋਂ ਉਠਾਇਆ ਨਹੀਂ, ਅਤੇ ਮੈਂ ਅੱਗੋਂ ਚਾਹੇ ਗਲਤ ਨੰਬਰ 'ਤੇ ਇੱਕ ਦਾ ਡਿਜਿਟ ਗਲਤ ਲੱਗਿਆ ਮੇਰੇ ਕੋਲ, ਅੱਛਾ ਕੈਮਰਾ ਘੁਮਾ ਕੇ ਦੇਖੋ, ਸਾਰੇ ਰਸ਼ ਹੈ ਪੂਰਾ, ਸਾਰੇ ਜਣੇ ਆਏ ਨੇ ਔਰ ਸਾਰੇ ਮੰਗਣ, ਕਾਰਵਾਈ ਕੀਤੀ ਜੀ। ਇੱਕ ਵਾਰੀ ਸਾਰੇ ਕਹਿੰਦੇ ਜੀ ਜਾਨ ਦਿਓ, ਬੱਚਾ ਕੁੜੀ ਹੈ ਬਦਨਾਮੀ ਹੋਵੇਗੀ, ਜਾਨ ਦਿਓ, ਪਰ ਅੱਗੇ ਤੂੰ ਇਸ ਤਰ੍ਹਾਂ ਨਹੀਂ ਕਰਨ ਦਿਆਂਗੇ, ਜੇਕਰ ਐਵੇਂ ਹੋਏਗਾ ਤੇ ਸਾਰਾ ਮਿਲ ਕੇ ਪੂਰਾ ਅਸੀਂ ਐਕਸ਼ਨ ਲਵਾਂਗੇ, ਅੱਜ ਚੇਤਾਵਨੀ ਦੇ ਕੇ ਛੱਡਾਂਗੇ। ਮੈਂ MLA ਸਾਹਿਬ ਦੇ ਨੋਟਿਸ 'ਚ ਵੀ ਲਿਆਵਾਂਗੀ, ਆਮ ਆਦਮੀ ਪਾਰਟੀ ਦੇ ਵਾਈਸ ਪ੍ਰਧਾਨ ਦੇ ਨਾਤੇ ਔਰ ਗਲੀ ਦੇ ਨਾਗਰਿਕ ਹੋਣ ਦੇ ਨਾਤੇ।